ਤੁਸੀਂ ਕਦੇ ਨਾ ਕਦੇ ਭੂਤਾਂ ਦੀਆਂ ਕਹਾਣੀਆਂ ਜ਼ਰੂਰ ਸੁਣੀਆਂ ਹੋਣਗੀਆਂ। ਭੂਤਾਂ ਦੀ ਇੱਕ ਸੱਚੀ ਕਹਾਣੀ ਅਸੀਂ ਵੀ ਤੁਹਾਨੂੰ ਸੁਣਾਉਂਦੇ ਹਾਂ। ਇਹ ਕਹਾਣੀ ਤਾਂ ਹੈ ਭੂਤਾਂ ਦੀ, ਪਰ ਬਿਲਕੁਲ ਵੀ ਡਰਾਉਣੀ ਨਹੀਂ, ਕਿਉਂਕਿ ਇਹ ਕਹਾਣੀ ਉਸ ਪਿੰਡ ਦੀ ਹੈ ਜਿਸ ਦਾ ਨਾਮ ਭੂਤ ਹੈ। ਭੂਤ ਪਿੰਡ ਝਾਰਖੰਡ ਦੇ ਖੁੰਟੀ ਜ਼ਿਲ੍ਹੇ ਦੀਆਂ ਖੂਬਸੂਰਤ ਵਾਦੀਆਂ ਵਿੱਚ ਸਥਿਤ ਹੈ। ਇੱਥੇ ਜ਼ਿਆਦਾ ਗਿਣਤੀ 'ਚ ਮੁੰਡਾ ਸਮਾਜ ਦੇ ਲੋਕ ਰਹਿੰਦੇ ਨੇ। ਪਿੰਡ ਨੂੰ ਇਹ ਨਾਮ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਸੀ। ਮੁੰਡਾ ਸਮਾਜ ਦੇ ਲੋਕ ਇਸ ਨੂੰ ਬੁਨਹਤੂ ਦੇ ਨਾਮ ਨਾਲ ਜਾਣਦੇ ਨੇ। ਭੂਤਾਂ ਦੇ ਨਾਮ ਕਾਰਨ ਲੋਕ ਇਸ ਪਿੰਡ ਵਿੱਚ ਆਉਣ ਤੋਂ ਡਰਦੇ ਨੇ। ਗਾਓ ਕਾ ਨਾਮ ਅਸਲੀਅਤ ਹਮ ਲੋਕ ਯਹਾਂ ਸਰ ਮੁੰਡਾ ਬੋਲਤੇ ਹੈ, ਬੁਨਹਤੂ ਬੋਲਤੇ ਹੈ। ਇਸਕਾ ਹੋਤਾ ਹੈ ਕਿ ਮਨੇ ਇਹ ਬੂਟ ਗਾਓ ਹੋਣਾ ਚਾਹੀਏ, ਯਹਾਂ ਪਰ ਜੋ ਖਤਿਆਨ ਯਾ ਜਿਤਨਾ ਵੀ ਹਮ ਲੋਕ ਕਾ ਕਾਗਜ਼ਾਤ ਹੈ ਰਿਕਾਰਡ ਅੰਗਰੇਜ਼ ਲੋਕ ਕਰ ਦਿਆ ਸਰ, ਸਭ ਮੈਂ ਬਹੁਤ ਬਹੁਤ ਲਿਖ ਦਿਆ ਸਰ, ਇਸੀ ਮੈਂ ਹੈ ਬਹੁਤ ਨਾਮ ਪੜ ਗਿਆ। ਯਾ ਅਭੀ ਵੀ ਡਰ ਲਗਤਾ ਸਰ, ਬਹੁਤ ਲੋਕ ਜੋ ਬਾਹਰ ਸੇ ਆਤੇ ਹੈ ਉਹ ਲੋਕ ਸੋਚਤੇ ਹੈ ਕਿ ਯਹਾਂ ਬਹੁਤ ਭੂਤ ਸੋਚਤੇ ਹੈ, ਇਸ ਲਈ ਭੂਤ ਰੱਖਾ ਗਿਆ, ਇਸੇ ਲੋਕ ਬਹੁਤ ਸੋਚਤੇ ਹੈ ਸਰ, ਬਾਹਰ ਸੇ ਲੋਕ ਆਤੇ ਹੈ ਇਸ ਟਾਈਪ ਕੇ। ਭੂਤ ਨਾਮ ਦੇ ਕਾਰਨ ਬਾਹਰਲੇ ਲੋਕਾਂ ਵਿੱਚ ਬਹੁਤ ਸਾਰੇ ਭੁਲੇਖੇ ਸਨ। ਵਿਆਹ ਤੋਂ ਬਾਅਦ ਵੀ ਔਰਤਾਂ ਇੱਥੇ ਨਹੀਂ ਆਉਣਾ ਚਾਹੁੰਦੀਆਂ ਸੀ। ਜਦ ਤੱਕ ਇਹ ਯਕੀਨ ਨਹੀਂ ਹੋ ਜਾਂਦਾ ਤਦ ਤੱਕ ਕੋਈ ਵੀ ਇਸ ਪਿੰਡ ਵਿੱਚ ਕਦਮ ਨਹੀਂ ਰੱਖਦੀਆਂ ਸਨ। ਅੱਛੇ ਲੱਗਤਾ ਹੈ ਗਾਓ, ਭੂਤ ਗਾਓ ਸੁਣ ਮੈਂ ਬਹੁਤ ਪਾਲਾ ਹੋਗਾ, ਜਿਸ ਆਦਮੀ ਲੋਕ ਬੋਲਤੇ ਥੇ ਲੇਕਿਨ ਵੈਸੇ ਨਹੀਂ ਹੈ, ਅਭੂਤ ਬਹੁਤ ਅੱਛਾ ਲੱਗਤਾ ਹੈ ਗਾਓ। ਸ਼ੁਰੂ ਮੈਂ ਤਾਂ ਹਮਕੋ ਬਹੁਤ ਡਰ ਲਗਾ ਥਾ, ਭੂਤ ਗਾਓ ਮੈਂ ਬਹੁਤ ਸਭ ਹੈ ਵੈਸੇ ਹੀ ਬੋਲਤੇ ਥੇ, ਤੋ ਡਰ ਤੋ ਲਗਤਾ ਥਾ, ਲੇਕਿਨ ਯਹਾਂ ਆਪਣਾ ਨਹੀਂ ਰਹਤਾ ਥਾ, ਹਮੇ ਸ਼ਾਦੀ ਹੁਆ ਥਾ, ਉਸਕਾ 3 ਸਾਲ ਜੈਸੇ ਯਹਾਂ ਥੇ, ਉਸਕਾ ਤੋ ਵਹਾਂ ਨਹੀਂ ਯਾਰ ਮੈਂ ਰਹਤਾ ਥਾ। ਪਿੰਡ ਦੇ ਲੋਕਾਂ ਦੀਆਂ ਕੁਝ ਮਾਨਤਾਵਾਂ ਨੇ। ਜੇ ਪਿੰਡ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਪਿੰਡ ਵਾਲੇ ਇੱਕ ਅੰਬੂਲਾ ਦੇ ਨਾਂ ਦੀ ਰਸਮ ਕਰਦੇ ਨੇ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਕਿਸੇ ਨੂੰ ਨੁਕਸਾਨ ਨਹੀਂ ਹੁੰਦਾ। ਜੇ ਕੋਈ ਡੈਥ ਕਰ ਜਾਤਾ ਹੈ ਨਾ, ਤੋ ਮਨ ਹਮ ਲੋਕ ਜਿਸੇ 3 ਦਿਨ ਜਾਂ 5 ਦਿਨ ਜਾਂ 7 ਦਿਨ ਜਾਂ 9 ਦਿਨ ਜਾਂ 11 ਦਿਨ ਐਸਾ ਹਮ ਲੋਕ ਰੱਖਤੇ ਹੈ, ਮਨ ਜੋੜਾ ਨਹੀਂ ਰੱਖਤੇ ਹੈ, ਉਸ ਦਿਨ ਹਮ ਲੋਕ ਮਨ ਉਸਕਾ ਨਾਮ ਸੇ ਹਮ ਲੋਕ ਉਮੂਲਦਰ ਬੋਲਤੇ ਹੈ ਜਾਂ ਛਾਇਆ ਘੁਸਾਨਾ, ਉਸੀ ਦਿਨ ਹਮ ਲੋਕ ਛੂਤ ਮਿਟਾਤੇ ਹੈ। ਹੁਣ ਭੂਤ ਪਿੰਡ ਦੀ ਤਸਵੀਰ ਬਦਲ ਰਹੀ ਹੈ, ਲੋਕ ਜਾਗਰੂਕ ਹੋ ਰਹੇ ਨੇ ਅਤੇ ਸਰਕਾਰ ਦੀਆਂ ਯੋਜਨਾਵਾਂ ਵਿੱਚ ਸ਼ਾਮਲ ਹੋ ਰਹੇ ਨੇ। ਹਾਲਾਂਕਿ ਇਸ ਦੇ ਨਾਮ ਕਾਰਨ ਪਿੰਡ ਨੇ ਹੁਣ ਤੱਕ ਬਹੁਤ ਕੁਝ ਝੱਲਿਆ ਹੈ, ਪਰ ਹੁਣ ਚੀਜ਼ਾਂ ਬਦਲ ਰਹੀਆਂ ਨੇ। ਬਿਊਰੋ ਰਿਪੋਰਟ, ETV ਭਾਰਤ। ਟੂ ਵਾਚ 24x7 ਨਿਊਜ਼ ਲਾਈਵ, ਡਾਊਨਲੋਡ ETV ਭਾਰਤ ਐਪ।